ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕੌਂਸਲ ਚੋਣਾਂ ਦੇ ਵਿਕਲਪ ਬਚ ਚੁੱਕਾ ਹੈ। ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਲੌਰ ਦੇ ਪੁੱਤਰ ਨਮਨਵੀਰ ਸਿੰਘ ਫਲੌਰ ਵੱਲੋਂ ਫਲੌਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਤੰਜ ਕੱਸਦਿਆਂ ਕਿਹਾ ਜੇਕਰ ਸ਼੍ਰੋਮਣੀ ਅਕਾਲੀ ਦਲ ਲੋਕਪ੍ਰਿਯ ਪਾਰਟੀ ਹੈ ਉਹ ਆਪਣੇ ਉਮੀਦਵਾਰਾਂ ਨੂੰ ਆਪਣੇ ਪਾਰਟੀ ਦੇ ਸਿੰਬਲ 'ਚੋਂ ਲਾਉਣ। ਕੈਮਰਾ ਡਿੰਪਲ ਨਾਲ ਇਸ ਤਰ੍ਹਾਂ ਕਿਤੇ ਫਲੌਰ ਤੋਂ ਪਿਛੇ ਰਿਪੋਰਟ ਮਜਬੂਰੀ ਬਸ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਉਹਨਾਂ ਨੂੰ ਅਨੁਸ਼ਾਸਨਹੀਣਤਾ ਦਾ ਬਹਾਨਾ ਕਹਿ ਕੇ ਪਾਰਟੀ 'ਚੋਂ ਸਸਪੈਂਡ ਕਰਨਾ ਪਿਆ। ਪਰ ਉਸ ਤੋਂ ਬਾਅਦ ਜਦੋਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਦੁਆਬੇ ਦੀ ਧਰਤੀ 'ਤੇ ਆਏ ਅਤੇ ਇੱਕ ਪੰਜਾਬੀ ਅਖਬਾਰ ਦੇ ਕਿਸੇ ਵੈੱਬ ਟੀਵੀ ਨੂੰ ਇੰਟਰਵਿਊ ਦਿੱਤੀ ਅਤੇ ਉੱਥੇ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਪਾਰਟੀ ਸਾਰੇ ਇਲੈਕਸ਼ਨਸ, ਚਾਹੇ ਉਹਨਾਂ ਨੇ ਮੀਟਿੰਗ ਆ ਫਗਵਾੜੇ ਕੀਤੀਆਂ, ਬੰਗੇ ਕੀਤੀਆਂ, ਨਵਾਂਸ਼ਹਿਰ ਕੀਤੀਆਂ, ਪਾਰਟੀ ਸਿੰਬਲ 'ਤੇ ਲੜੇਗੀ। ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਖੁੱਲ੍ਹਾ ਚੈਲੇਂਜ ਦਿੰਦਾ ਵੀ ਜੇ ਉਹ ਕਹਿੰਦੇ ਹੈ ਵੀ ਪਾਰਟੀ ਸਿੰਬਲ 'ਤੇ ਲੜੇਗੀ ਤਾਂ ਫਲੌਰ ਹਲਕੇ ਦੇ ਵਿੱਚ ਜੇ ਉਹ ਸਾਰੇ ਵਾਰਡਾਂ ਦੇ ਵਿੱਚ ਆਪਣੇ ਸਿੰਬਲ 'ਤੇ ਪਾਰਟੀ ਦੇ ਇਲੈਕਸ਼ਨ ਲੜਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਲਿਸਟ ਹੀ ਅਨਾਊਂਸ ਕਰ ਦਿੰਦੇ ਆ, ਤਾਂ ਇਹ ਮੈਂ ਸਮਝੂੰਗਾ ਵੀ ਉਹ ਇੱਥੋਂ ਜਿੱਤ ਗਏ, ਮੈਂ ਉਹਨਾਂ ਦੀ ਜਿੱਤ ਮੰਨੂੰਗਾ। ਇੰਨੇ ਹਾਲਾਤ ਗਿਰਦੇ ਆ, ਸਿਰਫ ਆਪਣੀ ਸੈਲਫ ਇੰਟਰਸਟ ਦੀ ਜਿਹੜੀ ਪਾਲਿਸੀ ਹੈ ਉਹਦੇ 'ਤੇ ਪਹਿਰਾ ਦਿੱਤਾ ਗਿਆ। ਬਿਲਕੁਲ, ਮੈਂ ਤੁਸੀਂ ਵੀ ਕਾਫੀ ਅਖਬਾਰਾਂ 'ਚੋਂ ਕਾਫੀ ਦਿਨਾਂ ਤੋਂ ਪੜ੍ਹ ਰਹੇ ਹੋਵੋਗੇ, ਮੈਂ ਵੀ ਪੜ੍ਹ ਰਿਹਾ ਸੀ ਵੀ ਸੁਖਬੀਰ ਬਾਦਲ ਹੋਰਾਂ ਨੇ ਇਹ ਐਲਾਨ ਕੀਤਾ ਵੀ ਸਾਡਾ ਹਰ ਕੋਈ ਕੈਂਡੀਡੇਟ ਨਗਰ ਨਿਗਮ ਚੋਣਾਂ ਦੇ ਵਿੱਚ ਸਿੰਬਲ 'ਤੇ ਲੜੇਗਾ। ਅਤੇ ਪਿੱਛੇ ਮੋਹਾਲੀ ਦੇ ਵਿੱਚ ਕੁਲਵੰਤ ਸਿੰਘ ਹੋਣਾ ਨੇ ਜਦੋਂ ਸਿੰਬਲ ਲੈਣ ਤੋਂ ਇਗਨੋਰ ਕਰ ਦਿੱਤਾ, ਮਨਾ ਕਰ ਦਿੱਤਾ, ਉਹਨਾਂ ਨੇ ਅਨੁਸ਼ਾਸਨਹੀਣਤਾ ਦਾ ਬਹਾਨਾ ਲਾ ਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਮੈਂ ਕਿਉਂਕਿ ਆ ਪਿੱਛੇ 2-3 ਦਿਨ ਪਹਿਲਾਂ ਸਾਹਿਬ ਬਾਦਲ ਦੁਆਬੇ ਦੀ ਧਰਤੀ 'ਤੇ ਆਏ ਸੀ, ਉੱਥੇ ਵੀ ਇਹ ਕਹਿ ਕੇ ਗਏ ਵੀ ਸਾਡਾ ਹਰ ਕੈਂਡੀਡੇਟ ਜਿਹੜਾ ਉਹ ਸਿੰਬਲ 'ਤੇ ਲੜਾਈ ਲੜੇਗਾ। ਸੋ ਮੈਂ ਅੱਜ ਖੁੱਲ੍ਹਾ ਚੈਲੇਂਜ ਸਾਹਿਬ ਬਾਦਲ ਹੋਣਾ ਨੂੰ ਇੱਥੋਂ ਫਲੌਰ ਦੀ ਧਰਤੀ ਤੋਂ ਪੇਸ਼ ਕਰਦਾ ਵੀ ਇੱਥੇ 15 ਵਾਰਡ ਹੈ ਸਾਡੇ ਫਲੌਰ, 15 ਦੇ 15 ਵਾਰਡਾਂ 'ਤੇ ਸਿੰਬਲ 'ਤੇ ਇਲੈਕਸ਼ਨ ਖੜ੍ਹੇ ਕਰ ਦੇਣ, ਸਿੰਬਲ ਦੀ ਲਿਸਟ ਔਫੀਸ਼ੀਅਲ ਅਨਾਊਂਸ ਕਰ ਦੇਣ, ਅਸੀਂ ਇਹ ਮੰਨ ਲਾਂਗੇ ਵੀ ਉਹ ਅੱਧੀ ਲੜਾਈ ਜਿਹੜੀ ਹੈ ਜਿੱਤ। ਜਿੱਦਾਂ ਨਗਰ ਕੌਂਸਲ ਦੀਆਂ ਚੋਣਾਂ ਰਹੇ, ਤੁਸੀਂ ਵਿੱਚ ਹਮਾਇਤ ਕਰੋਗੇ ਕਾਂਗਰਸ ਦੀ? ਜਿਸ ਜਿੱਥੇ ਪਾਰਟੀ ਸਾਡਾ ਹੁਕਮ ਲਾਏਗੀ ਅਸੀਂ ਉਹਦੀ ਸੇਵਾ ਵੀ ਕਰਾਂਗੇ, ਹਮਾਇਤ ਵੀ ਖੁੱਲ੍ਹ ਕੇ ਕਰਾਂਗੇ। ਤੁਸੀਂ ਇੱਕ 2022 ਦੇ ਵਿੱਚ ਚੋਣਾਂ ਦਾ ਐਲਾਨ ਕੀਤਾ, ਤੁਸੀਂ ਕਿਹੜੀ ਪਾਰਟੀ ਵੱਲ ਚੋਣ ਲੜੋਗੇ? ਅਸੀਂ ਚੋਣਾਂ ਵਾਸਤੇ ਨਹੀਂ, ਫਲੌਰ ਹਲਕੇ ਦੇ ਵਿੱਚ ਆਉਂਦੇ ਜਾਂ ਵਿਚਰਦੇ ਸਾਡਾ ਪਰਿਵਾਰ ਹੈ, ਚੋਣਾਂ ਲੜੀਏ ਨਾ ਲੜੀਏ ਸੇਵਾ ਐਵੇਂ ਜ਼ਿੰਦਗੀ 'ਚ ਸਾਰੀ 'ਚ ਜ਼ਿਆਦਾ ਜਾਏਗੀ। ਪਰ ਤੁਹਾਡਾ ਇੱਕ ਬਿਆਨ ਅਪ੍ਰੈਂਟਮੈਂਟ ਚੱਲਦਾ ਵੀ ਜਿਹੜਾ ਤੁਸੀਂ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਲੜੋਗੇ? ਜੇ ਫਲੌਰ ਹਲਕਾ ਚਾਹੇਗਾ ਤਾਂ ਜ਼ਰੂਰ ਲੜਾਂਗੇ, ਲੋਕਾਂ ਦੀ ਲੜਾਈ ਹੈ, ਲੜਾਂਗੇ। ਹਾਰ ਜਿੱਤ ਅਕਾਲ ਪੁਰਖ ਦੇ ਕੋਲੇ ਹੁੰਦੀ ਹੈ, ਉਹਦੇ ਵੱਸ ਹੁੰਦੀ ਹੈ। ਇਹ ਲੜਾਈ ਜੇ ਲੋਕ ਚਾਹੁਣਗੇ ਤਾਂ ਜ਼ਰੂਰ ਲੜਾਂਗੇ, ਪਰ ਸੇਵਾ ਲੜੀਏ ਜਾਂ ਨਾ ਲੜੀਏ, ਸੇਵਾ ਲੋਕਾਂ ਦੀ ਜਿਹੜੀ ਹੈ ਉਹ ਪਰਿਵਾਰ ਹੈ ਸਾਡਾ, ਸਾਡਾ ਫਰਜ਼ ਹੈ, ਉਹ ਜ਼ਰੂਰ ਤਾਂ ਜ਼ਿੰਦਗੀ ਜਾਰੀ ਹੈ। ਜਿੱਦਾਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ, ਜਿਹੜੇ ਕਿਸਾਨਾਂ ਨੇ ਇੱਕ ਟਰੈਕਟਰ ਮਾਰਚ ਕਰਨਾ, ਤੁਸੀਂ ਕਿੰਨੀ ਕੁ ਸਪੋਰਟ ਕਰ ਦਿਓ? ਸਾਰਾ ਪੰਜਾਬ ਹੀ ਕਰ ਰਿਹਾ ਨਾਗੀ ਸਾਹਿਬ, ਕੋਈ ਹੈ ਹੀ ਨਹੀਂ ਜਿਹੜਾ ਕਿਸਾਨਾਂ ਦੇ ਉਲਟ ਹੈ, ਕੋਈ ਪੰਜਾਬ 'ਚ ਸ਼ਖਸ ਨਹੀਂ ਗਾ, ਜਿੱਥੇ ਜਿਹਦੀ ਸੇਵਾ ਜਿੰਨੀ ਕਰਨਾ ਚਾਹੁੰਦਾ ਕਰ ਰਿਹਾ।